ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਇੱਕ ਵਾਰ ਮੁੜ ਕੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਹੀ ਸੁਖਬੀਰ ਸਿੰਘ ਬਾਦਲ ਨੇ SGPC ਦਾ ਪ੍ਰਧਾਨ ਬਣਾ ਦਿੱਤਾ ਹੈ, ਕਿਉਂਕਿ ਮੌਜੂਦਾ ਪ੍ਰਧਾਨ ਵੀ ਪਹਿਲਾਂ ਗੋਬਿੰਦ ਸਿੰਘ ਲੌਂਗੋਵਾਲ ਹੀ ਸਨ। ਪਰ ਵਿਰੋਧੀ ਧਿਰਾਂ ਨੇ ਸਾਫ਼ ਤੌਰ 'ਤੇ ਕਿਹਾ ਸੀ ਕਿ SGPC ਦਾ ਪ੍ਰਧਾਨ ਹਰ ਵਾਰ ਬਾਦਲਾਂ ਦੇ ਲਿਫਾਫੇ 'ਚੋਂ ਨਿਕਲਦਾ ਹੈ ਅਤੇ ਇਸ ਵਾਰ ਵੀ ਬਾਦਲਾਂ ਦੇ ਲਿਫਾਫੇ ਵਿੱਚੋਂ ਹੀ ਨਿਕਲ ਕੇ ਸਾਹਮਣੇ ਆਏਗਾ, ਕਿਉਂਕਿ SGPC ਦੇ ਸਾਰੇ ਮੈਂਬਰਾਂ ਨੇ SGPC ਪ੍ਰਧਾਨ ਚੁਣਨ ਦਾ ਹੱਕ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਸੀ ਅਤੇ ਸੁਖਬੀਰ ਸਿੰਘ ਬਾਦਲ ਨੇ ਸਮੇਂ ਦੀ ਨਜ਼ਾਕਤ ਨੂੰ ਭਾਫਦਿਆਂ ਹੋਇਆਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਹੀ ਮੁੜ SGPC ਪ੍ਰਧਾਨ ਬਣਾਇਆ ਅਤੇ ਮੁੜ SGPC ਪ੍ਰਧਾਨ ਬਣਨ ਤੋਂ ਬਾਅਦ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਕੋਟ ਕੋਟ ਧੰਨਵਾਦ ਕਰਦਾ। ਤੇ ਇਸੇ ਤਰ੍ਹਾਂ ਮੈਂ ਸਾਰੇ ਮੈਂਬਰ ਸ਼੍ਰੋਮਣੀ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਔਰ ਸ਼੍ਰੋਮਣੀ ਅਕਾਲੀ ਦਲ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਤੇ ਸਮੁੱਚੀ ਸਾਡੀ ਸੀਨੀਅਰ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਫਿਰ ਦੂਜੀ ਵਾਰ ਜਿਹੜਾ ਹੈ ਕੌਮ ਦੀ ਜਿਹੜੀ ਸਰਬੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਔਰ ਇਹਦਾ ਮੁੱਖ ਸੇਵਾਦਾਰ ਹੋਣ ਦਾ ਮਾਣ ਬਖਸ਼ਿਆ। ਸੋ ਕਿਉਂਕਿ ਜਿਹੜਾ ਇਹ ਸਾਡਾ ਆਉਣ ਵਾਲਾ ਸਮਾਂ ਹੈ, ਇਹ ਸਭ ਤੋਂ ਪਹਿਲਾਂ ਜਿਹੜਾ ਸਾਡੀ ਪ੍ਰਾਇਓਰਟੀ ਹੈ ਉਹ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਬੜੀ ਸ਼ਰਧਾ ਸਤਿਕਾਰ ਦੇ ਨਾਲ, ਬੜੀ ਧੂਮਧਾਮ ਦੇ ਨਾਲ ਔਰ ਬਹੁਤ ਵੱਡੀ ਪੱਧਰ ਤੇ ਅਸੀਂ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ, ਕਿਉਂਕਿ ਸਾਡਾ ਸਭ ਤੋਂ ਪਹਿਲਾਂ 22-23 ਤਰੀਕ ਨੂੰ 22-23 ਨਵੰਬਰ ਨੂੰ ਸੁਲਤਾਨਪੁਰ ਲੋਧੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 14 ਸਾਲ ਤੋਂ ਵੱਧ ਸਮਾਂ ਆਪਣੇ ਜੀਵਨ ਦਾ ਉੱਥੇ ਗੁਜ਼ਾਰਿਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਹ ਪ੍ਰੋਗਰਾਮ ਬਣਾਏ ਗਏ ਨੇ ਕਿ ਉਸ ਧਰਤੀ ਦੇ ਉੱਤੇ ਗੁਰੂ ਮਹਾਰਾਜ ਦਾ ਗੁਰਪੁਰਬ ਜਿਹੜਾ ਹੈ ਅਸੀਂ ਉੱਥੇ ਮਨਾਉਣਾ। ਇੱਕ ਤਾਂ ਮੇਰੀ ਸਾਰੀ ਸਿੱਖ ਪੰਥ ਨੂੰ ਬੇਨਤੀ ਹੈ, ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਇੱਕੋ ਹੀ ਸਟੇਜ ਜਿਹੜੀ ਹੈ ਹੋਣੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ, ਭਾਵੇਂ ਪੰਜਾਬ ਸਰਕਾਰ ਹੈ, ਪੰਜਾਬ ਦੇ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਸੀਂ ਬੇਨਤੀ ਕਰਾਂਗੇ ਔਰ ਦੂਜੀਆਂ ਪਾਰਟੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ। ਇਸੇ ਤਰ੍ਹਾਂ ਭਾਰਤ ਸਰਕਾਰ ਦੇ ਜਿਹੜੇ ਵੀ ਆਗੂ ਨੇ ਔਰ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੂੰ ਤੇ ਦੂਜੇ ਜਿੰਨੇ ਵੀ ਉਹਨਾਂ ਦੇ ਸਾਥੀ ਕੈਬਨਿਟ ਮੰਤਰੀ ਨੇ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਇੱਕੋ ਹੀ ਸਟੇਜ ਜਿਹੜੀ ਹੈ ਗੁਰੂ ਮਹਾਰਾਜ ਦੀ ਲੱਗਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜਗਤ ਗੁਰੂ ਸਨ, ਸਭ ਦੇ ਸਾਂਝੇ ਗੁਰੂ ਸਨ, ਉਹਨਾਂ ਦੇ ਸਮੁੱਚੀ ਮਾਨਵਤਾ ਨੂੰ ਉਹਨਾਂ ਸੰਦੇਸ਼ ਦਿੱਤਾ ਆਪਣੇ ਮਿਸ਼ਨ ਨੂੰ ਲੈ ਕੇ ਏਕਤਾ ਲਈ, ਪਿਆਰ ਦੇ ਲਈ ਉਹਨਾਂ ਨੇ ਔਰ ਸਾਰੇ ਸੰਸਾਰ ਦਾ ਜਿਹੜਾ ਹੋਲਾ ਚੱਕਰ ਲਾਇਆ। ਸੋ ਸਾਨੂੰ ਵੀ ਲੋੜ ਹੈ ਕਿ ਅਸੀਂ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਦੇ ਚੱਲਣ ਦਾ ਯਤਨ ਕਰੀਏ ਜੋ ਸਾਨੂੰ ਏਕਤਾ ਦਾ ਸੰਦੇਸ਼ ਦਿੰਦਾ, ਪਿਆਰ ਦਾ ਸੰਦੇਸ਼ ਉਹਨਾਂ ਨੇ ਦਿੱਤਾ। ਸੋ ਸਤਿਗੁਰੂ ਮਹਾਰਾਜ ਸਾਡੇ ਦੀ ਕਿਰਪਾ ਕਰਨ ਕਿ ਉਹ ਸੰਦੇਸ਼ ਜਿਹੜਾ ਹੈ ਅਸੀਂ ਦੁਨੀਆਂ ਤੱਕ ਫੈਲਾਈਏ, ਉਹ ਸੰਦੇਸ਼ ਜਿਹੜਾ ਹੈ ਘਰ ਘਰ ਤੱਕ ਪਹੁੰਚੇ
ਤਾਂ ਕਿ ਸਾਡਾ ਪੰਜਾਬ ਤਰੱਕੀ ਕਰੇ ਔਰ ਸਾਡੀ ਮਾਨਵਤਾ ਦੇ ਸੁੱਖ ਸ਼ਾਂਤੀ ਹੋਵੇ, ਚੜ੍ਹਦੀ ਕਲਾ ਵਿੱਚ ਰਹੇ ਜੋ ਔਰ ਉਹਨਾਂ ਨੇ ਸਾਨੂੰ ਸੰਦੇਸ਼ ਕੀਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਇਹ ਸੰਦੇਸ਼ ਲੈ ਕੇ ਅਸੀਂ ਔਰ ਸਾਰੇ ਸੰਸਾਰ ਦੇ ਵਿੱਚ ਜਾਈਏ। ਸੋ ਇਸੇ ਕਰਕੇ ਧਰਮ ਪ੍ਰਚਾਰ ਦੇ ਉੱਤੇ ਆਹ ਸਾਰਾ ਸਾਲ ਅਸੀਂ ਜਿਹੜਾ ਹੈ ਜ਼ੋਰ ਲਾਵਾਂਗੇ ਤਾਂ ਕਿ ਧਰਮ ਪ੍ਰਚਾਰ ਜਿਹੜਾ ਹੈ, ਗੁਰੂ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਔਰ ਜਿੰਨਾ ਵੀ ਸਾਡੇ ਧਰਮ ਪ੍ਰਚਾਰਕ ਨੇ, ਜਿੰਨੀ ਸਾਡੀ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁਲਾਜ਼ਮ ਦੇ ਜੋ ਵੀ ਹੈ, ਸਾਰੇ ਅਸੀਂ ਇਸ ਪਾਸੇ ਪੂਰਾ ਧਿਆਨ ਦੇਵਾਂਗੇ ਤਾਂ ਕਿ ਗੁਰੂ ਸਾਹਿਬ ਦਾ ਇਹ ਮਿਸ਼ਨ ਅਸੀਂ ਘਰ ਘਰ ਤੱਕ ਪਹੁੰਚਾਈਏ, ਜਿਸ ਦੀ ਅੱਜ ਬਹੁਤ ਵੱਡੀ ਲੋੜ ਹੈ। ਸਾਡੀ ਜਵਾਨੀ ਜਿਹੜੀ ਹੈ ਔਰ ਧਰਮ ਤੋਂ ਦੂਰ ਜਾ ਰਹੀ ਹੈ, ਉਸ ਜਵਾਨੀ ਨੂੰ ਮੁੜ ਕੇ ਧਰਮ ਦੇ ਨਾਲ ਜੋੜੀਏ, ਨਸ਼ਿਆਂ ਤੋਂ ਰਹਿਤ ਕਰੀਏ, ਚੰਗਾ ਜੀਵਨ ਜਿਉਣ ਦੀ ਜਾਚਨਾ ਜਿਹੜੀ ਹੈ ਉਹਨਾਂ ਸਾਡੇ ਵੀਰਾਂ ਨੂੰ ਹੋਵੇ। ਬਿਲਕੁਲ ਜੀ, ਅਸੀਂ ਸਾਡੀ ਇੱਕ ਕਮੇਟੀ ਅਸੀਂ ਬਣਾਈ ਹੈ ਜੋ ਪਾਕਿਸਤਾਨ ਜਾਏਗੀ, ਉੱਥੋਂ ਦੀ ਜਿਹੜੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਉਹਦੇ ਨਾਲ ਵੀ ਗੱਲ ਕਰੇਗੀ, ਉੱਥੋਂ ਦੀ ਜਿਹੜੀ ਸਰਕਾਰ ਹੈ ਉਹਦੇ ਪਾਕਿਸਤਾਨ ਦੀ ਸਰਕਾਰ ਨਾਲ ਵੀ ਗੱਲ ਕਰੇਗੀ ਤਾਂ ਕਿ ਜਿਹੜੇ ਸਾਡੇ ਉੱਥੋਂ ਦੇ ਪ੍ਰੋਗਰਾਮ ਨੇ, ਭਾਵੇਂ ਨਗਰ ਕੀਰਤਨ ਹੈ, ਗੁਰਮਤਿ ਸਮਾਗਮ ਕਰਨਾ, ਕੋਈ ਸੈਮੀਨਾਰ ਵਗੈਰਾ ਕਰਨਾ, ਉਹ ਸਾਰੇ ਜਿਹੜੇ ਅਸੀਂ ਉਹਨਾਂ ਨਾਲ ਰਲ ਕੇ ਉਹ ਸਾਡਾ ਅਸੀਂ ਕਰੀਏ। ਇਹ ਗੱਲ ਅਸੀਂ ਪਿਛਲੇ ਦਿਨੀ ਸ੍ਰੀ ਰਾਜਨਾਥ ਸਿੰਘ ਔਰ ਭਾਰਤ ਸਰਕਾਰ ਨੇ ਵੀ ਇੱਕ ਕਮੇਟੀ ਬਣਾਈ ਸੀ ਗੁਰੂ ਨਾਨਕ ਦੇਵ ਸਾਹਿਬ ਦੇ 550 ਸਾਲਾ ਗੁਰਪੁਰਬ ਮਨਾਉਣ ਲਈ, ਉਹਦੇ ਵਿੱਚ ਮੈਨੂੰ ਵੀ ਬੁਲਾਇਆ ਗਿਆ ਸੀ, ਉੱਥੇ ਵੀ ਅਸੀਂ ਇਹ ਗੱਲ ਕੀਤੀ ਸੀ ਕਿ ਸਾਰੇ ਰਲ ਮਿਲ ਕੇ ਅਸੀਂ ਮਨਾਈਏ, ਤੁਸੀਂ ਵੀ ਪਾਕਿਸਤਾਨ ਨਾਲ ਗੱਲ ਕਰੋ। ਇੱਕ ਤਾਂ ਲਾਂਘੇ ਦੀ ਗੱਲ ਹੈ, ਬਹੁਤ ਇਹ ਲਾਂਘਾ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਅੰਤ ਦੇ ਜੀਵਨ ਦਾ ਸਮਾਂ ਜਿਹੜਾ ਉੱਥੇ ਗੁਜ਼ਾਰਿਆ, ਉਹ ਧਰਤੀ ਤੋਂ ਹੀ ਸਾਨੂੰ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣ ਦਾ ਜੋ ਸੰਦੇਸ਼ ਸ੍ਰੀ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਕਰਤਾਰਪੁਰ ਧਰਤੀ ਤੋਂ। ਸੋ ਹਰ ਸਿੱਖ ਦੀ ਲੋਚਨਾ ਹੈ, ਹਰ ਸਿੱਖ ਚਾਹੁੰਦਾ ਹੈ ਕਿ ਮੈਂ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਉਸ ਧਰਤੀ ਤੇ ਖੁੱਲੇ ਦਰਸ਼ਨ ਦਾਰੇਗਾ, ਉਸ ਧਰਤੀ ਨੂੰ ਨਸਤ ਮਸਤਕ ਹੋਵਾਂ। ਉਹਦੇ ਲਈ ਵੀ ਭਾਰਤ ਸਰਕਾਰ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਕਿ ਪਾਕਿਸਤਾਨ ਸਰਕਾਰ ਦੇ ਨਾਲ ਉਹ ਗੱਲ ਕਰਨ ਤਾਂ ਕਿ ਜਿਹੜੀ ਲਾਂਘਾ ਦੇਣ ਦੀ ਇਹ ਗੱਲ ਹੈ ਉਹ ਲੰਮਾ ਸਮੇਂ ਤੋਂ ਚੱਲ ਰਹੀ ਹੈ, ਉਹ ਸਾਡੀ 550 ਸਾਲ ਗੁਰਪੁਰਬ ਪੂਰੀ ਹੋਵੇ ਕਿ ਅਸੀਂ ਸਾਰੇ ਖੁੱਲੇ ਦਰਸ਼ਨ ਦਾਰੇ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ। ਕੋਈ ਵੀ ਸਰਕਾਰ ਹੋਵੇ ਸਾਨੂੰ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ, ਸਾਡਾ ਹੈ ਧਾਰਮਿਕ ਸੰਬੰਧ। ਕੋਈ ਪਾਰਟੀ ਹੋਵੇ, ਕੋਈ ਰਾਜਨੀਤਿਕ ਜੀਵਨ ਹੋਵੇ, ਸਾਰਿਆਂ ਨੂੰ ਇਸ ਧਾਰਮਿਕ ਜੁੜ ਕੇ ਇਹੀ ਬੇਨਤੀ ਕਰਾਂਗੇ ਕਿ ਸਾਰੇ ਰਲ ਮਿਲ ਕੇ ਆਪਾਂ ਸਾਂਝੇ ਦਿਵਸ ਤੌਰ ਤੇ ਮਨਾਈਏ। ਇਹ ਵੱਖ ਵੱਖ ਧਰਮਾਂ ਦੇ ਆਗੂਆਂ ਨੂੰ ਵੀ ਅਸੀਂ ਉੱਥੇ ਸੱਦਾ ਦੇਵਾਂਗੇ, ਸਾਰੇ ਧਰਮਾਂ ਦੇ ਲੋਕ ਜਿਹੜੇ ਨੇ ਉੱਥੇ ਆਉਣ, ਆਪਾਂ ਗੁਰੂ ਸਾਹਿਬ ਦਾ ਜਸ਼ਨ ਮਨਾਈਏ। ਗੁਰਪੁਰਬ ਦਾ ਕੋਈ ਬਖਰੇਵਾ ਨਹੀਂ ਹੈ, ਕੋਈ ਬਖਰੇਵਾ ਨਹੀਂ ਹੈ, ਨਾਲੇ ਅਸੀਂ ਤਾਂ ਕਹਿੰਦੇ ਉਹ ਵੀ ਪ੍ਰਵਾਨ ਕਰਨੇ ਮੰਡੀ ਵਾਲਾ। ਸਾਡੀ ਮੈਂ ਸਾਰੀ ਸਾਡੀ ਟੀਮ ਬਣੀ ਆ ਜਿਹੜੀ, ਇਹਨਾਂ ਨੂੰ ਵਧਾਈ ਦਿੰਦਾ, ਬਹੁਤ ਵਧੀਆ ਟੀਮ ਜਿਹੜੀ ਆ ਸਾਡੀ ਬਣਾਈ ਆ, ਅਸੀਂ ਰਲ ਮਿਲ ਕੇ ਆਉਣ ਵਾਲੇ ਸਮੇਂ ਸਾਰੇ ਦੇਖੋ ਗੱਲ ਇਹ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਅੱਜ ਅਸੀਂ ਮਤਾ ਵੀ ਇਹ ਆਪਣੇ ਚਰਨਾਂ ਚ ਲਾਸਟ ਇੱਕ ਮਤਾ ਵੀ ਕੀਤਾ ਹੈ, ਜਿੱਥੇ ਵੀ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਔਰ ਉਹ ਬਹੁਤ ਨਿੰਦਣਯੋਗ ਨੇ, ਅਸੀਂ ਉਹ ਵੀ ਮਤਾ ਕੀਤਾ ਕਿ ਜਿਹੜੇ ਵੀ ਉਹਦੇ ਦੋਸ਼ੀ ਨੇ
ਉਹਨੂੰ ਘੱਟ ਦੀ ਘੱਟ ਦੀ ਸਜ਼ਾ ਮਿਲਣੀ ਚਾਹੀਦੀ। ਗੁਰੂ ਪਿਆਰਿਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਉਹ ਸੰਸਥਾ ਹੈ, ਉਹ ਸਰਮੋਰ ਜਥੇਬੰਦੀ ਹੈ ਜਿਸਨੇ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਸਿੱਧੇ ਰਾਹ ਤੇ ਪਾਉਣਾ ਹੈ। ਸਿੱਖ ਕੌਮ ਵਾਸਤੇ ਉਹ ਫੈਸਲੇ ਲੈਣੇ ਨੇ ਜੋ ਸਿੱਖ ਕੌਮ ਨੂੰ ਹੋਰ ਚੜ੍ਹਦੀ ਕਲਾ ਵੱਲ ਲੈ ਕੇ ਜਾ ਸਕੇ, ਹੋਰ ਉਚਾਈਆਂ ਤੇ ਲੈ ਕੇ ਜਾ ਸਕੇ, ਤਾਂ ਜੋ ਪੂਰੀ ਦੁਨੀਆਂ ਦੇ ਵਿੱਚ ਸਿੱਖ ਕੌਮ ਦਾ ਡੰਕਾ ਅਜਿਹਾ ਵੱਜੇ ਤੇ ਹਰ ਸਿੱਖ ਮਹਾਰਾਜਾ ਰਣਜੀਤ ਸਿੰਘ ਵਾਂਗ ਗੱਜੇ, ਤਾਂ ਜੋ ਕਿਸੇ ਦੀ ਹਿੰਮਤ ਨਾ ਪੈ ਸਕੇ ਸਿੱਖਾਂ ਵੱਲ ਅੱਖ ਚੱਕ ਕੇ ਵੇਖਣ ਦੀ ਵੀ। ਪਰ ਜੇਕਰ ਸਾਡੀਆਂ ਸਰਮੋਰ ਜਥੇਬੰਦੀਆਂ ਦੇ ਸੰਚਾਲਕ ਹੀ ਕਿਸੇ ਸਿਆਸੀ ਧਿਰ ਦਾ ਹੱਥ ਠੋਕਾ ਹੋਣਗੇ, ਤਾਂ ਤੁਸੀਂ ਸਮਝ ਸਕਦੇ ਹੋ ਕਿ ਸਾਡੀ ਕੌਮ ਦਾ ਬੇੜਾ ਕਿੱਦਾਂ ਪਾਰ ਹੋ ਸਕਦਾ ਹੈ। ਇਸ ਕਰਕੇ ਸਾਰੀ ਦੀ ਸਾਰੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਆਪਣੀ ਸਰਮੋਰ ਜਥੇਬੰਦੀ ਨੂੰ ਆਜ਼ਾਦ ਕਰਵਾਇਆ ਜਾਵੇ ਅਤੇ ਬਰਗਾੜੀ ਇਨਸਾਫ਼ ਮੋਰਚੇ ਦਾ ਸਾਥ ਦੇ ਕੇ ਸਿੱਖ ਕੌਮ ਨੂੰ ਹੋਰ ਚੜ੍ਹਦੀ ਕਲਾ ਵਿੱਚ ਲਿਆਇਆ ਜਾ ਸਕੇ, ਸਿੱਖ ਕੌਮ ਦੇ ਬਣਦੇ ਹੱਕ ਸਿੱਖ ਕੌਮ ਨੂੰ ਦਵਾਏ ਜਾ ਸਕਣ। ਵਿਚਾਰ ਚੰਗੇ ਲੱਗੇ ਹੋਣ, ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।